ਜਗ ਕਾਰਨ ਕੋ ਅਵਤਾਰ ਬਣਾਇਓ ਜਪਿਓ ਜਿਨੇ ਅਰਜਨ ਦੇਵ ਗੁਰੂ ਕਰ ਸੰਕਟ ਜੋਨ ਗਰਭ ਬਣਾਇਓ ਪਰਮ ਸਤਕਾਰ ਗੁਰਾਂ ਦੀ ਸਾਜੀ ਨਿਵਾਜੀ ਸਾਹ ਸੰਗਤ ਜੀ ਵੱਡੇ ਬਾਗਾ ਆਪਣੀ ਗੁਰੂ ਮਹਾਰਾਜ ਦੀ ਨਿੱਘੀ ਗੋਲਤਾ ਨਾਲ ਮਾਰ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦਾ ਆਪਾਂ ਉਹਨਾਂ ਦੀ ਕਿਰਪਾ ਦੁਆਰਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਇੱਕ ਦੋ ਘੜੀਆਂ ਸਤਸੰਗ ਦੇ ਨਾਲ ਸਫਲਾ ਕਰਨੀਆਂ। ਗੁਰੂ ਮਹਾਰਾਜ ਨੇ ਜੋ ਆਪਣੇ ਲਈ ਕੁਰਬਾਨੀਆਂ ਕੀਤੀਆਂ, ਸੱਚੇ ਪਾਤਸ਼ਾਹ ਨੇ ਜੋ ਬਲਿਦਾਨ ਦਿੱਤਾ ਉਹਦੀ ਕਥਾ ਸਭ ਤੋਂ ਵੱਡਾ ਪਰਉਪਕਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪੂਰੀ ਦੁਨੀਆਂ 'ਤੇ ਇਹ ਪਰਉਪਕਾਰ ਕੀਤਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਸੰਪਾਦਨਾ ਕੀਤੀ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਵਜੀ ਸ਼ੀਤਲ ਹੋਏ ਮਨ ਮਾ ਸਤਿਗੁਰ ਕਾ ਦਰਸ਼ਨ ਪਾਏ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਮਹਾਰਾਜ ਜੋ ਵੀ ਬਾਣੀ ਉਚਾਰਦੇ ਪੋਥੀ ਸਾਹਿਬ ਦੇ ਵਿੱਚ ਨੇ, ਪੋਥੀ ਪਰਮੇਸ਼ਰ ਕਾ ਥਾਨ ਪੋਥੀ ਦੇ ਵਿੱਚ ਲਿਖਿਆ ਕਰਦੇ ਸੀ। ਗੁਰੂ ਅੰਗਦ ਦੇਵ ਜੀ ਮਹਾਰਾਜ ਬਾਣੀ ਲਿਖਿਆ ਕਰਦੇ ਸੀ। ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਮਹਾਰਾਜ, ਕੁਛ ਬਾਣੀ ਬਾਬਾ ਮੋਹਨ ਜੀ ਦੇ ਕੋਲ, ਗੁਰੂ ਅਮਰਦਾਸ ਮਹਾਰਾਜ ਦੇ ਵੱਡੇ ਸਪੁੱਤਰ ਬਾਬਾ ਮੋਹਨ ਜੀ ਦੇ ਕੋਲ ਵੀ ਬਾਣੀ ਇਕੱਤਰ ਕੀਤੀ ਪਈ ਸੀ। ਤੁਰੀ ਅਵਸਥਾ 'ਚ ਰਹਿੰਦੇ ਸੀ ਬਾਬਾ ਮੋਹਨ ਜੀ, ਚੁਬਾਰੇ ਦੇ ਵਿੱਚ ਸਮਾਧੀ ਲਾ ਲੈਣੀ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਤਾ ਲੱਗਿਆ ਬਾਬਾ ਮੋਹਨ ਜੀ ਦੇ ਕੋਲ ਬਾਣੀ, ਬਾਬਾ ਬੁੱਢਾ ਸਾਹਿਬ ਨੂੰ ਭੇਜਿਆ। ਬਾਬਾ ਮੋਹਨ ਜੀ ਨੇ ਰਸਮਾਂ ਸਾਂਝੀ ਨਹੀਂ ਕੀਤੀ, ਭਾਈ ਗੁਰਦਾਸ ਜੀ ਨੂੰ ਭੇਜਿਆ, ਰਸਮਾਂ ਸਾਂਝੀ ਨਹੀਂ ਕੀਤੀ। ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਚੁਬਾਰੇ ਦੇ ਵਿੱਚ ਬਾਬਾ ਮੋਹਨ ਜੀ ਤੁਰੀ ਅਵਸਥਾ 'ਚ ਸਮਾਧੀ ਲੱਗੀ ਹੋਈ ਹੈ, ਭਗਤੀ ਕਰ ਰਹੇ ਨੇ। ਮਹਾਰਾਜ ਸਰੰਦੇ ਨਾਲ ਕੀਰਤਨ ਕਰਿਆ ਕਰਦੇ ਸੀ, ਮੋਹਨ ਤੇਰੇ ਉੱਚੇ ਮੰਦਰ ਸ਼ਬਦ ਉਚਾਰਨ ਕੀਤਾ ਮਹਾਰਾਜ ਨੇ। ਮਠ ਬੋਲੜਾ ਜੀ ਹਰਸੱਜਣ ਸਵਾਮੀ ਮੋਹਰਾ, ਔ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਮਿੱਠੀ ਆਵਾਜ਼ ਦੇ ਵਿੱਚ
ਰੱਬ ਦੀ ਆਵਾਜ਼ ਬੜੀ ਮਿੱਠੀ ਹੁੰਦੀ। ਸੰਦੇ ਨਾਲ ਮਹਾਰਾਜ ਨੇ ਜਦੋਂ ਕੀਰਤਨ ਕੀਤਾ, ਵਾਹ 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 ਉਹਨਾਂ ਦਾ
ਦਾ ਬਚਨ ਸੀ ਕਿ ਮੈਂ ਗੱਦੀ ਨੂੰ ਮੱਥਾ ਨਹੀਂ ਟੇਕਦੀ। ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਗੱਦੀ ਦਿੱਤੀ, ਬਾਬਾ ਮੋਹਨ ਜੀ ਨੂੰ ਕਿਹਾ ਪੁੱਤਰ ਮੱਥਾ ਟੇਕੋ, ਬਾਬਾ ਮੋਹਨ ਜੀ ਨੇ ਮੱਥਾ ਨਹੀਂ ਟੇਕਿਆ, ਹੰਕਾਰ ਕੀਤਾ। ਗੁਰਬਾਣੀ ਵਿੱਚ ਆਉਂਦਾ ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸੇ ਪੈਰੀ ਪਾਏ। ਛੋਟੇ ਪੁੱਤਰ ਬਾਬਾ ਮੋਹਰੀ ਜੀ ਉਹਨਾਂ ਨੇ ਮੱਥਾ ਟੇਕਿਆ, ਪਿਤਾ ਜੀ ਮੈਂ ਮੱਥਾ ਟੇਕਦਾ। ਗੁਰੂ ਅਮਰਦਾਸ ਮਹਾਰਾਜ ਬੜੇ ਪ੍ਰਸੰਨ ਹੋਏ, ਬੜੇ ਵਰਜਨ, ਤੈਨੂੰ ਘਾਟ ਨੀ ਕੋਈ ਆਉਣੀ। ਗੁਰੂ ਜਦੋਂ ਖੁਸ਼ ਹੋ ਜਾਵੇ ਨਾ ਫਿਰ ਕੋਈ ਘਾਟ ਨੀ ਆਉਂਦੀ। ਬਾਬਾ ਮੋਹਨ ਜੀ ਨੇ ਹੁਕਮ ਨਹੀਂ ਮੰਨਿਆ, ਮੱਥਾ ਨਹੀਂ ਟੇਕਿਆ। ਕਈ ਵਾਰੀ ਬੰਦਾ ਗੁਰੂ ਦਾ ਹੁਕਮ ਨਹੀਂ ਮੰਨਦਾ, ਬਹੁਤ ਦੂਰ ਚਲਿਆ ਜਾਂਦਾ। ਉਸ ਵੇਲੇ ਸੱਤ ਬਚਨ ਕਹਿ ਦੇਣਾ ਚਾਹੀਦਾ, ਆਪਣੀ ਮੱਤ ਨੂੰ ਪਿੱਛੇ, ਮੇਰੀ ਮੱਤ ਥੋੜੀ ਰਾਮ, ਆਪਣੀ ਮੱਤ ਨੂੰ ਪਿੱਛੇ ਰੱਖਣਾ ਚਾਹੀਦਾ। ਇਨਸਾਨ ਦੇ ਅੱਗੇ ਵਧਣ ਦਾ ਕਾਰਨ ਇੱਕੋ ਹੀ ਹੈ, ਜੇ ਗੁਰੂ ਨੂੰ ਨਾਲ ਲੈ ਕੇ ਚੱਲੇ। ਜੇ ਗੁਰੂ ਨੂੰ ਨਾਲ ਲੈ ਕੇ ਨਹੀਂ ਚੱਲਦਾ ਫਿਰ ਸਮਝ ਲਓ ਆਪਣੀ ਸੋਚ ਨਾਲ ਤਾਂ ਆਪਾਂ ਪਿੱਛੇ ਰਹਿ ਜਾਣਾ, ਤਰੱਕੀ ਨਹੀਂ ਹੋ ਸਕਦੀ। ਬਾਬਾ ਮੋਹਨ ਜੀ ਨੇ ਹੰਕਾਰ ਕੀਤਾ, ਮੱਥਾ ਨਹੀਂ ਟੇਕਿਆ। 5 ਸਾਲ ਲੰਘ ਗਏ, ਬਾਬਾ ਮੋਹਨ ਜੀ ਕਹਿਣ ਲੱਗੇ ਗੁਰੂ ਜੀ ਉਦੋਂ ਮੈਂ ਹੁਕਮ ਨਹੀਂ ਮੰਨਿਆ, ਬੜੀ ਭਗਤੀ ਕੀਤੀ, ਤੁਰੀ ਅਵਸਥਾ ਵਿੱਚ ਵੀ ਪਹੁੰਚ ਗਏ, ਪਰ ਮਨ ਨੂੰ ਸ਼ਾਂਤੀ ਨਹੀਂ ਹੈ। ਕਿਉਂ? ਗੁਰੂ ਨਾਨਕ ਦੀ ਗੱਦੀ ਨੂੰ ਮੱਥਾ ਨਹੀਂ ਟੇਕਿਆ। ਮਹਾਰਾਜ ਮੈਨੂੰ ਮੱਥਾ ਟੇਕ ਲੈਣ ਦੋ, ਮੈਨੂੰ ਫਿਰ ਸ਼ਾਂਤੀ ਆਉਣੀ ਹੈ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਦੇਖ ਲਓ ਕਿੰਨਾ ਸਮਾਂ ਲੰਘ ਗਿਆ, ਸ਼ਾਂਤੀ ਨਹੀਂ ਆਈ। ਫਿਰ ਗੁਰੂ ਨਾਨਕ ਦੀ ਗੱਦੀ ਨੂੰ ਮੱਥਾ ਟੇਕ ਗਏ। ਮੱਥਾ ਟੇਕ ਕੇ ਫਿਰ ਬਾਬਾ ਮੋਹਨ ਜੀ ਕਹਿੰਦੇ ਮਹਾਰਾਜ ਹੁਕਮ ਕਰੋ। ਕੀ ਹੁਕਮ ਹੈ? ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਪੋਥੀਆਂ ਲੈਣ ਆਏ ਆ, ਮਹਾਰਾਜ ਦੀ ਬਾਣੀ, ਬਾਣੀ ਦੀ ਸੰਪਾਦਨਾ ਕਰਨੀ ਹੈ, ਬਾਣੀ ਪੱਤਰ ਕਰਨ ਲੱਗੇ ਆ। ਆਪ ਜੀ ਕੋਲ ਪਿਓ ਦਾਦੇ ਦਾ ਖੋਲ ਡਿੱਠਾ ਖਜ਼ਾਨਾ, ਖਜ਼ਾਨਾ ਪਿਆ ਤੁਹਾਡੇ ਕੋਲ। ਬਾਬਾ ਮੋਹਨ ਜੀ ਤੋਂ ਪੋਥੀਆਂ ਲਈਆਂ, ਫਿਰ ਨਗਰ ਕੀਰਤਨ ਦੇ ਰੂਪ ਦੇ ਵਿੱਚ ਮਹਾਰਾਜ ਬੜੇ ਸਤਿਕਾਰ ਦੇ ਨਾਲ ਸੰਖ ਘੜਿਆਲ ਵੱਜਦੇ, ਪਾਣੀ ਛਿੜਕਦਾ ਜਾ ਰਿਹਾ, ਬੜੇ ਸਤਿਕਾਰ ਦੇ ਨਾਲ ਲੈ ਕੇ ਜਾ ਰਿਹਾ। ਅਕਬਰ ਬਾਦਸ਼ਾਹ ਦੇ ਕੋਲ ਨਿੰਦਕਾਂ ਨੇ ਸ਼ਿਕਾਇਤ ਕਰ ਦਿੱਤੀ, ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸਲਾਮ ਧਰਮ ਨੂੰ ਮਾੜਾ ਕਿਹਾ, ਨਾ ਹੀ ਹਟੇ ਚੁਗਲੀਆਂ ਕਰਨ ਤੋਂ। ਅਕਬਰ ਬਾਦਸ਼ਾਹ ਕਹਿੰਦੇ ਕੋਈ ਪਤਾ ਕਰ ਲੈਣੀ। ਗੁਰੂ ਮਹਾਰਾਜ ਨੂੰ ਬੇਨਤੀ ਕੀਤੀ ਤਾਂ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਦੀ ਡਿਊਟੀ ਲਾਈ ਗੁਰੂ ਮਹਾਰਾਜ। ਅਕਬਰ ਬਾਦਸ਼ਾਹ ਸਮਝਦੀ ਗੱਲ ਹੈ, ਬਾਬਾ ਬੁੱਢਾ ਸਾਹਿਬ ਨੂੰ ਮਹਾਰਾਜ ਨੇ ਕਿਹਾ ਘਬਰਾਉਣਾ ਨਹੀਂ, ਤੁਸੀਂ ਹੁਕਮਨਾਮਾ ਲਓ, ਭਾਈ ਗੁਰਦਾਸ ਜੀ ਕਥਾ ਕਰਨਗੇ। ਦਰਿਆ ਬਿਆਸਾ ਦੇ ਕਿਨਾਰੇ ਪੰਡਾਲ ਲੱਗਿਆ, ਸ਼ਾਮਿਆਨਾ ਕੀਤਾ,
ਹਿੰਦੂਆ ਸਾਹਿਬ ਲਾਇਆ ਤੇ ਅਕਬਰ ਬਾਦਸ਼ਾਹ ਦੇਖਦਾ ਵੀ ਇੰਨਾ ਸਤਿਕਾਰ ਘੜਿਆਲ ਵੱਜਦੀ ਸ਼ੰਖ ਵੱਜਦੇ ਪਾਣੀ ਛਿੜਕਦਾ ਆ ਰਿਹਾ ਸੰਗਤਾਂ ਕੀਰਤਨ ਕਰਦੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲੈ ਕੇ ਆ ਰਹੀਆਂ ਉਦੋਂ ਪੋਥੀ ਦੇ ਰੂਪ ਵਿੱਚ ਸੀ ਅਕਬਰ ਬਾਦਸ਼ਾਹ ਦੇ ਵੀ ਹੱਥ ਜੁੜ ਗਏ ਮੱਥਾ ਟੇਕ ਦਿੱਤਾ ਜਦੋਂ ਬਾਣੀ ਦਾ ਪ੍ਰਕਾਸ਼ ਹੋਇਆ ਨਿੰਦਕ ਕਹਿੰਦੇ ਜੀ ਹੁਣ ਇਹਨਾਂ ਨੂੰ ਕੋਈ ਵੀ ਬਾਣੀ ਪੜ੍ਹਨ ਇੱਥੋਂ ਪੜ੍ਹਨ ਆ ਸੰਗਤ ਬਾਬਾ ਬੁੱਢਾ ਸਾਹਿਬ ਨੇ ਗੁਰੂ ਨਾਨਕ ਸਾਹਿਬ ਦਾ ਧਿਆਨ ਧਰ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਹੋਏ ਹੋਏ ਮਹਾਰਾਜ ਦਾ ਧਿਆਨ ਧਰ ਕੇ ਜਦੋਂ ਪਹਿਲਾ ਹੁਕਮਨਾਮਾ ਲਿਆ ਪਹਿਲਾ ਹੁਕਮਨਾਮਾ ਆਇਆ ਅਵਲ ਅੱਲਾ ਨੂੰ ਰੋਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਬਾਬਾ ਬੁੱਢਾ ਸਾਹਿਬ ਜੀ ਹੁਕਮਨਾਮਾ ਲੈਂਦੇ ਪਹਿਲਾ ਹੁਕਮਨਾਮਾ ਆਇਆ ਕੋਈ ਅੱਲਾ ਅੱਲਾ ਕਹਿ ਕੇ ਵਚਾ ਇੱਥੇ ਤਾਂ ਕੋਈ ਮਾੜੀ ਗੱਲ ਨਹੀਂ ਲਿਖੀ
ਫਿਰ ਕਈ ਨਿੰਦਕ ਕਹਿੰਦੇ ਜੀ ਚੰਗੀ ਚੰਗੀ ਜੀ ਬਾਣੀ ਪੜ੍ਹਦੇ ਇਹ, ਇਹਤੋਂ ਅੱਗੇ ਸੁਣ ਕੇ ਦੇਖੋ ਅੱਗੇ ਨਿੰਦਿਆ ਲਿਖੀ ਹੈ, ਇਹ ਤਾਂ ਵਧੀਆ ਵਧੀਆ ਜੀ ਬਾਣੀ ਪੜ੍ਹਦਾ, ਇੱਥੋਂ ਪੜ੍ਹਾਓ। ਨਿੰਦਕ ਵੀ ਨਾਲ ਹੀ ਤੁਰੇ ਆਉਂਦੇ। ਫਿਰ ਬਾਬਾ ਬੁੱਢਾ ਸਾਹਿਬ ਨੇ ਜਦੋਂ ਦੂਜਾ ਹੁਕਮਨਾਮਾ ਆਇਆ, ਕੋਈ ਬੋਲਾ ਰਾਮ ਰਾਮ ਕੋਈ ਖੁਦਾ ਹੈ, ਕੋਈ ਸੇਵਾ ਕੋਈ ਸਈਆ ਕੋਈ ਅੱਲਾ ਹੈ। ਦੂਜਾ ਹੁਕਮਨਾਮਾ ਜਦੋਂ ਆਇਆ, ਕਈ ਗੁਰਦਾਸ ਜੀ ਅਰਥ ਕਰਦੇ ਕਹਿੰਦੇ ਕੋਈ ਰਾਮ ਕਹਿੰਦਾ, ਕੋਈ ਤੈਨੂੰ ਅੱਲਾ ਕਹਿੰਦਾ, ਕੋਈ ਚਿੱਟੇ ਕੱਪੜੇ ਪਾਉਂਦਾ, ਕੋਈ ਨੀਲੇ ਕੱਪੜੇ ਪਾਉਂਦਾ, ਕੋਈ ਮੰਦਰ ਜਾਂਦਾ, ਕੋਈ ਮਸੀਤ ਜਾਂਦਾ, ਕੋਈ ਤੀਰਥਾਂ ਤੇ ਜਾਂਦਾ, ਕੋਈ ਹੱਜ ਜਾਏ, ਕੋਈ ਹੱਜ ਵਿੱਚ ਜਾਂਦਾ, ਹੈ ਤੇਰੇ ਸਾਰੇ ਬੰਦੇ। ਜਦੋਂ ਭਾਈ ਗੁਰਦਾਸ ਜੀ ਨੇ ਅਰਥ ਕੀਤੇ, ਅਕਬਰ ਬਾਦਸ਼ਾਹ ਬੜਾ ਖੁਸ਼ ਹੋਇਆ। ਨਹੀਂ ਕਿਤੇ ਨਿੰਦਿਆ ਨਹੀਂ ਲਿਖੀ, ਰਾਮ ਦੇ ਨਾਲ ਅੱਲਾ ਦਾ ਵੀ ਨਾਮ ਆਉਂਦਾ, ਬੜਾ ਗਿਆਨ ਹੈ ਬਾਣੀ ਦੇ ਵਿੱਚ, ਇਹ ਤਾਂ ਆਪਾਂ ਸਾਰਿਆਂ ਨੂੰ ਸਤਿਕਾਰ ਕਰਨਾ ਚਾਹੀਦਾ। ਇਤਿਹਾਸ ਵਿੱਚ ਲਿਖਿਆ 501 ਸੋਨੇ ਦੀ ਮੋਹਰ ਅਕਬਰ ਬਾਦਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਧਰ ਕੇ ਮੱਥਾ ਟੇਕਿਆ, ਬੋਲੇ ਸੋ ਨਿਹਾਲ ਮੱਥਾ ਟੇਕ ਦਿੱਤਾ। ਜਿਹੜੇ ਨਿੰਦਕ ਸੀ ਬੜੀਆਂ ਲਾਹਣਤਾਂ ਪਈਆਂ ਉਹਨਾਂ ਸਾਹ ਸੰਗਤ, ਅਕਬਰ ਬਾਦਸ਼ਾਹ ਨੇ ਬੜਾ ਝਾੜਿਆ, ਅੱਗੇ ਨੂੰ ਇਹੋ ਜਿਹਾ ਕੰਮ ਨਹੀਂ ਕਰਨਾ, ਇਹ ਗੁਰੂ ਨਾਨਕ ਦੀ ਗੱਦੀ ਹੈ, ਸਤਿਕਾਰ ਕਰੋ। ਬੜੇ ਸਤਿਕਾਰ ਦੇ ਨਾਲ ਫਿਰ ਮਹਾਰਾਜ ਦਾ ਲੈ ਕੇ ਆਏ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ ਸੰਗਤਾਂ ਦੇ ਨਾਲ ਸਾਹ ਸੰਗਤ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦਾ ਪਹਿਲਾ ਕਾਰਨ ਚੰਦੂ ਲਾਲ ਦੀ ਲੜਕੀ ਲਾਗੀ ਜਦੋਂ ਰਿਸ਼ਤਾ ਕਰਕੇ ਆਇਆ, ਚੰਦੂ ਲਾਲ ਕਹਿੰਦਾ ਬੜੀ ਉਹਨੇ ਮਾੜੀਆਂ ਗੱਲਾਂ ਕੀਤੀਆਂ, ਆਪਣੇ ਆਪ ਨੂੰ ਬੜਾ ਅਮੀਰ ਸਮਝਦਾ ਸੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਰਿਸ਼ਤਾ ਲਾਗੀ ਨੇ ਕੀਤਾ ਚੰਦੂ ਲਾਲ ਦੀ ਲੜਕੀ ਦਾ। ਜਦੋਂ ਸੰਗਤਾਂ ਨੂੰ ਪਤਾ ਲੱਗਿਆ ਵੀ ਗੁਰੂ ਘਰ ਬਾਰੇ ਇਹਨੇ ਬਹੁਤ ਮੰਦੀਆਂ ਗੱਲਾਂ ਕੀਤੀਆਂ, ਆਪਣੇ ਆਪ ਨੂੰ ਚੁਬਾਰਾ ਦੱਸਿਆ, ਉੱਚਾ ਦੱਸਿਆ, ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਿਹਾ ਮਹਾਰਾਜ ਉੱਥੇ ਰਿਸ਼ਤਾ ਨਹੀਂ ਆਪਾਂ ਕਰਨਾ, ਸੰਗਤਾਂ ਨੂੰ ਬਹੁਤ ਮਾੜਾ ਕਿਹਾ, ਸੰਗਤ ਤਾਂ ਰੱਬ ਦਾ ਰੂਪ, ਸੰਗਤ ਤਾਂ ਗੁਰੂ ਨਾਨਕ ਦਾ ਰੂਪ, ਸੰਗਤ ਤਾਂ ਕਾਮ ਧੇਨ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਾਸ ਹੈ ਕਾਮ ਧੇਨ, ਸੰਗਤ ਕਾਮ ਧੇਨ, ਸੰਗਤ ਗੁਰੂ ਨਾਨਕ ਦਾ ਰੂਪ ਹੈ, ਸੰਗਤ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ, ਸੰਗਤ ਅੱਗੇ ਹੱਥ ਜੋੜ ਦੇਣੇ ਚਾਹੀਦੇ। ਗੁਰੂ 20 ਵਿਸਵੇ ਸੰਗਤ 21 ਵਿਸਵੇ, ਜਿੱਥੇ ਸੰਗਤ ਆ ਜਾਵੇ ਉੱਥੇ ਕੋਈ ਕੰਮ ਨਾ। ਆ ਸੰਗਤਾਂ ਵਾਸਤੇ ਬਾਹਰ
ਅੰਦਰ ਤਾਂ ਆਪਾਂ ਏ ਸੀ ਲਾ ਕੇ ਬੈਠੀ, ਜਿਹੜੀ ਸੰਗਤ ਬਾਹਰ ਬੈਠੀ ਆ ਉਹਨੂੰ ਵੀ ਗਰਮੀ ਲੱਗਦੀ ਹੈ। ਸਿੰਘਾਂ ਨੇ ਵਿਚਾਰ ਕਰਕੇ ਥੋੜ੍ਹੀ ਥੋੜ੍ਹੀ ਸੇਵਾ ਪਾ ਕੇ ਉਹ ਦੇਖੋ ਬਾਹਰ ਕੂਲਰ ਲਿਆ ਦਿਆ। ਇਹਨੂੰ ਕਹਿੰਦੇ ਆ ਕਾਮ ਧੇਨ, ਸੰਗਤ ਕਾਮ ਧੇਨ ਆ। ਸੰਗਤ ਅੱਗੇ ਕੋਈ ਕੰਮ ਨਾ, ਸੰਗਤਾਂ ਦੀ ਮਾਇਆ, ਸੰਗਤਾਂ ਦੀ ਲੱਗਣੀ ਹੈ, ਇਹ ਸਭ ਕੁਛ ਸੰਗਤ ਹੈ। ਇਹ ਗੁਰੂ ਨਾਨਕ ਦਾ ਘਰ ਹੈ। ਵੱਡੇ ਮਹਾਰਾਜ ਜੀ ਕਿਹਾ ਕਰਦੇ ਸੀ, ਕਹਿੰਦੇ ਜੇ ਸੰਗਤ ਦਾ ਸੰਬੰਧ ਆ ਤਾਂ ਘਰ ਵੀ ਸੰਗਤ ਦਾ ਹੀ ਹੈ। ਤੁਸੀਂ ਇਹਨੂੰ ਕਹਿ ਸਕਦੇ ਹੋ ਸਾਡਾ ਘਰ ਆ, ਇਹ ਗੁਰੂ ਨਾਨਕ ਦਾ ਘਰ। ਇੱਕ ਹੋਰ ਹੈ, ਜੇ ਆਪਾਂ ਕਿਸੇ ਦੇ ਘਰ ਜਾਈਏ ਰੋਜ਼ ਤਾਂ ਬੰਦੇ ਦੀ ਕੀਮਤ ਘੱਟਦੀ ਹੈ। ਮਾਨ ਘਟੈ ਮੁਖ ਤੇ ਕੁਛ ਮੰਗਤ, ਪ੍ਰੀਤ ਘਟੇ ਨਿਤ ਮਿੱਤਰ ਕੇ ਜਾਏ। ਮੂੰਹ ਤੋਂ ਕੁਛ ਆਪਾਂ ਕਿਸੇ ਤੋਂ ਮੰਗੀਏ ਮਾਨ ਘੱਟ ਜਾਂਦਾ, ਅਗਲਾ ਕਹਿੰਦਾ ਲੈ ਮੈਂ ਤੂੰ ਇੰਨੇ ਪੈਸੇ ਮੰਗ ਲਏ। ਜੇ ਆਪਾਂ ਕਿਸੇ ਦੇ ਘਰ ਰੋਜ਼ ਜਾਈਏ ਪ੍ਰੀਤ ਘਟੇ ਨਿਤ ਮਿੱਤਰ ਕੇ ਜਾਏ, ਭਾਵੇਂ ਆਪਣਾ ਕਿੰਨਾ ਨੇੜੇ ਦਾ ਮਿੱਤਰ ਹੈ ਰੋਜ਼ ਉਹਦੇ ਘਰ ਜਾਈਏ, ਘਰਦੇ ਕਹਿਣਗੇ ਇਹ ਰੋਜ਼ ਹੀ ਆ ਜਾਂਦਾ। ਜੇ ਆਪਾਂ ਗੁਰੂ ਦੇ ਘਰ ਗੁਰਦੁਆਰਾ ਸਾਹਿਬ ਰੋਜ਼ ਜਾਂਦੇ ਹਾਂ ਤਾਂ ਆਪਣੀ ਵਡਿਆਈ ਹੁੰਦੀ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਨਾਨ। ਹੁਣ ਹਫ਼ਤੇ ਬਾਅਦ ਸੰਗਤਾਂ ਆਉਂਦੀਆਂ ਦੂਰੋਂ ਨੇੜਿਓਂ, ਕੋਈ ਮੁਕਤਸਰ ਸਾਹਿਬ ਤੋਂ ਆਉਂਦਾ, ਕੋਈ ਕਸ਼ਮੀਰ ਤੋਂ ਆ ਰਿਹਾ, ਕੋਈ ਪਠਾਨਕੋਟ ਤੋਂ ਆ ਰਿਹਾ, ਕੋਈ ਮਾਨਸਾ ਤੋਂ ਆ ਰਿਹਾ, ਬਟਲਾਡੇ ਤੋਂ ਆਉਂਦਾ ਪਿਆ, ਕੋਈ ਸਾਧ ਸੰਗਤ ਬੜੀ ਬੜੀ ਦੂਰੋਂ ਸੰਗਤਾਂ ਪਹੁੰਚ ਰਹੀਆਂ ਪਿਆਰ ਦੇ ਵਿੱਚ। ਅਸੀਂ ਕਥਾ ਸੁਣਨੀ ਹੈ ਜਾ ਕੇ, ਗੁਰੂ ਮਹਾਰਾਜ ਦੇ ਹਾਜ਼ਰੀਆਂ ਭਰਨੀਆਂ, ਗੁਰੂ ਨਾਨਕ ਦੀ ਖੁਸ਼ੀ ਲੈਣੀ ਹੈ। ਆ ਸੰਗਤ ਜੇ ਤੁਸੀਂ ਇੰਨੀ ਦੂਰੋਂ ਚੱਲ ਕੇ ਆ ਰਹੇ ਹੋ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਤੁਹਾਡੇ ਸਤਿਕਾਰ ਲਈ ਅੱਗੇ ਖੜੇ ਨੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਚਰਨ ਸਰਨ ਗੁਰ ਏਕ ਪੈਂਡਾ ਜਾਏ ਜਲ, ਸਤਿਗੁਰ ਕੋਟ ਪੈਂਡਾ ਆਗੇ ਹੋਏ। ਗੁਰਬਾਣੀ ਦੇ ਵਿੱਚ ਮਹਾਰਾਜ ਜੀ ਲਿਖਦੇ ਕਹਿੰਦੇ ਜੇ ਆਪਾਂ ਇੱਕ ਕਦਮ ਵੀ ਅੱਗੇ ਵੱਧਦੇ ਹਾਂ ਤਾਂ ਜਿਹੜਾ ਆਪਣਾ ਸਤਿਗੁਰ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਰੋੜਾ ਕਦਮ ਅੱਗੇ ਹੋ ਗਏ। ਗੁਰੂ ਦਾ ਪਿਆਰ ਆਪਣੇ ਨਾਲੋਂ ਵੀ ਜ਼ਿਆਦਾ ਹੈ। ਆਪਣਾ ਪਿਆਰ ਤਾਂ ਕੁਛ ਵੀ ਨਹੀਂ, ਗੁਰੂ ਦਾ ਪਿਆਰ ਜ਼ਿਆਦਾ। ਆਪਾਂ ਤਾਂ ਇੱਕ ਕਦਮ ਅੱਗੇ ਰੱਖਿਆ, ਸਤਿਗੁਰ ਕਰੋੜਾ ਕਦਮ ਅੱਗੇ ਆ ਗਿਆ ਆਪਾਂ ਨੂੰ ਲੈਣ ਵਾਸਤੇ। ਇੰਨੀ ਖੁਸ਼ੀ ਦੀ ਗੱਲ ਹੈ, ਕਿੰਨੇ ਆਨੰਦ ਦੀ ਗੱਲ ਹੈ ਵੀ ਜੇ ਆਪਾਂ ਸਤਿਗੁਰ ਨੂੰ ਇੱਕ ਕਦਮ ਅੱਗੇ ਹੋ ਕੇ ਮਿਲੇ, ਸਤਿਗੁਰ ਕਰੋੜਾ ਕਦਮ ਅੱਗੇ ਹੋ ਕੇ ਮਿਲਦੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰ ਕੋਟ ਪੈਂਡਾ ਕੋ ਲੈਣ ਆਉਂਦੇ ਨੇ ਸਿੱਖ ਦਾ ਪਿਆਰ ਵੇਖ ਕੇ।
ਸੜਦਾ ਸੀ
ਕਹਿੰਦੇ ਜਾਂ ਤਾਂ ਮੁਸਲਮਾਨ ਹੋ ਜਾਓ ਜਾਂ ਚੰਦੂ ਲਾਲ ਦੀ ਲੜਕੀ ਦਾ ਰਿਸ਼ਤਾ ਮਨਜ਼ੂਰ ਕਰ ਲਓ ਜਾਂ ਫਿਰ ਹਿੰਦੂ ਤੇ ਬਹਿ ਜਾਓ। ਗੁਰੂ ਅਰਜਨ ਦੇਵ ਜੀ ਮਹਾਰਾਜ ਚੰਦੂ ਲਾਲ ਵੱਲ ਵੇਖਦੇ, ਕਾਜੀਆਂ ਵੱਲ ਵੇਖਦੇ, ਮੁਸਕਰਾਉਂਦੇ ਵੀ ਬ੍ਰਹਮ ਗਿਆਨੀ ਨੂੰ ਕਿੱਦਾਂ ਦਾ ਇਹ ਲਾਲਚ ਦੇ ਰਹੇ ਨੇ ਤੇ ਮੌਤ ਦਾ ਡਰਾਵਾ ਦਿੰਦੇ ਨੇ। ਕੋਈ ਬ੍ਰਹਮ ਗਿਆਨੀ ਮੂਲ ਮੰਤਰ ਦਾ ਪਾਠ ਕੀਤਾ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਵੇਂ ਕੋਈ ਬਜ਼ੁਰਗ ਸੰਗਮਰਮਰ ਦੇ ਫਰਸ਼ ਤੇ ਚੌਂਕੜਾ ਲਾਉਂਦਾ, ਮਹਾਰਾਜ ਤੱਤੀ ਲੋਹ ਦੇ ਉੱਤੇ ਬੈਠ ਕੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੰਚ ਸਵਾਗਤੀਆਂ ਆਉਂਦਾ ਵਰ ਮੰਗਿਆ ਸਤਿਗੁਰੂ ਜੀ ਉਹਦੇ ਪ੍ਰੇਮ ਤੋਂ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਪੁੱਤਰੀ
ਗੁਰੂ ਨਾਲ ਗੁਰੂ ਨਾਨਕ ਦੀ ਗੱਦੀ ਨਾਲ ਤੂੰ ਪ੍ਰੇਮ ਕੀਤਾ, ਭਜਨ ਕਰਦੀ ਹੈ। ਜੋ ਵਰ ਮੰਗਣਾ ਮੰਗ ਲਾ ਸੱਚੇ ਪਾਤਸ਼ਾਹ, ਬਸ ਇੱਕ ਕਿਰਪਾ ਕਰੋ, ਮੇਰਾ ਮਨ ਆਪ ਜੀ ਦੇ ਚਰਨਾਂ ਨਾਲ ਜੁੜਿਆ ਰਹੇ, ਚਰਨਾਂ ਦੀ ਚਰਨ ਪ੍ਰੀਤੀ ਦੇ ਦਿਓ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਤੂੰ ਮਾਇਆ ਦਾ ਗਹਿਣਿਆਂ ਦਾ ਲਾਲਚ ਨਹੀਂ ਕੀਤਾ, ਆਪਣੇ ਜਿਹੜੇ ਗਹਿਣੇ ਸੀ ਪਹਿਰੇਦਾਰ ਨੂੰ ਦੇ ਕੇ ਗੁਰੂ ਦੇ ਦਰਸ਼ਨ ਵਾਸਤੇ ਆਈ ਹੈ, ਤੇ ਮੰਗਿਆ ਕੁਛ ਨਹੀਂ ਨਿਸ਼ਕਾਮ। ਚਰਨ ਪ੍ਰੀਤੀ ਮੰਗੀ ਹੈ ਤੂੰ ਗੁਰੂ ਦੀ, ਚਰਨ ਪ੍ਰੀਤੀ ਤਾਂ ਤੈਨੂੰ ਦਵਾਂਗੇ ਹੀ, ਸੰਸਾਰ ਦੇ ਪਦਾਰਥਾਂ ਦੀ ਵੀ ਕੋਈ ਘਾਟ ਨਹੀਂ ਰਹਿਣੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਿਰ ਤੇ ਹੱਥ ਰੱਖਿਆ, ਕਿਰਪਾ ਕੀਤੀ, ਜਾ ਪੁੱਤਰੀ ਹੁਣ ਘਰ ਨੂੰ ਜਾ। ਇਹ ਤਾਂ ਅਕਾਲ ਪੁਰਖ ਦਾ ਹੁਕਮ ਹੈ, ਤੇਰਾ ਸਹੁਰਾ ਚੰਦੂ ਲਾਲ ਉਹਦੀ ਕੋਈ ਤਾਕਤ ਨਹੀਂ ਕਿ ਸਾਨੂੰ ਤੱਤੀ ਤਵੀ ਤੇ ਬਿਠਾ ਦੇਵੇ, ਪਰ ਇਹ ਉਹ ਅਕਾਲ ਦਾ ਹੁਕਮ ਹੈ, ਉਹਦਾ ਭਾਣਾ। ਨਮਸਕਾਰ ਕਰਕੇ ਚਲੀ ਗਈ। ਦੂਜਾ ਦਿਨ ਆਇਆ ਤਾਂ ਚੰਦੂ ਲਾਲ ਕਹਿਣ ਲੱਗਿਆ, ਅਜੇ ਵੀ ਸਮਾਂ ਦੇ ਮਹਾਰਾਜ ਮੁਸਕਰਾਉਂਦੇ ਨੇ। ਜਦੋਂ ਮਹਾਰਾਜ ਤੱਤੀ ਤਵੀ ਤੇ ਬੈਠੇ, ਮਹਾਰਾਜ ਨੇ ਜਪਜੀ ਸਾਹਿਬ ਦਾ ਜਾਪ ਕੀਤਾ, ਤੇ ਫਿਰ ਮਹਾਰਾਜ ਨੂੰ ਲੋਹੇ ਦੀ ਦੇਗ ਦੇ ਵਿੱਚ ਪਾਣੀ ਪਾ ਕੇ ਉਹਦੇ ਵਿੱਚ ਬਿਠਾਇਆ, ਤਾਂ ਉਸ ਵੇਲੇ ਮਹਾਰਾਜ ਨੇ ਸੁਖਮਨੀ ਸਾਹਿਬ ਦਾ ਜਾਪ ਕੀਤਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੇਵਤਿਆਂ ਨੇ ਫੁੱਲ ਵਰਸਾਏ, ਜੈ ਜੈਕਾਰ ਹੋ ਰਹੀ ਹੈ। ਧਰਤੀ ਦੇ ਪਹਿਲੇ ਮਹਾਨ ਸ਼ਹੀਦ ਨੇ ਇਹ ਦੇਵਤੇ ਫੁੱਲ ਵਰਸਾਉਂਦੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ ਲੈਣ ਵਾਸਤੇ ਆਏ, ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਰੀਰ ਪਾਣੀ ਵਿੱਚ ਉਬਾਲੇ ਖਾ ਰਿਹਾ, ਤੇ ਮਹਾਰਾਜ ਸ਼ਬਦ ਪੜ ਰਹੇ ਸੂਹੀ ਮਹੱਲਾ ਪੰਜਵਾਂ, ਜਿਸ ਕੇ ਸ੍ਰੀ ਉੱਪਰ ਤੋਂ ਸੁਆਮੀ ਸੋ ਦੁੱਖੈ ਸਤਾਵੈ, ਬੋਲ ਨਾ ਜਾਣਾ ਮਾਇਆ ਮਧ ਮਾਤਾ ਮਰਨਾ ਚੀਤ ਨ ਆਵੈ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ, ਤੇਰੇ ਤੇਰੇ ਸੇਵਕੋ ਭੋ ਕਿਛ ਨਾਹੀ ਜਮ ਨਹੀਂ ਆਵੈ ਨੇਰੇ, ਸੋ ਦੁੱਖ ਕੈਸੇ ਪਾਵੇ ਜੀ ਦਾ ਰਾਖਾ ਹੈ ਪਰਮਾਤਮਾ।
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਸਤਿਗੁਰਾਂ ਦੇ ਸਰੀਰ ਨੂੰ ਰਾਵੀ ਦਰਿਆ ਦੇ ਕੰਢੇ ਤੇ ਲੈ ਗਏ। ਪਾਪੀਆਂ ਨੇ ਸਤਿਗੁਰਾਂ ਦਾ ਸਰੀਰ ਰਾਵੀ ਦਰਿਆ 'ਚ ਤਾਰ ਦਿੱਤਾ। ਉੱਧਰ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਗੁਰਾਂ ਨੂੰ ਲੈਣ ਵਾਸਤੇ ਆਏ, ਦੇਵਤਿਆਂ ਨੇ ਫੁੱਲ ਵਰਸਾਏ। ਸੋ ਅੱਜ ਦਾ ਦਿਨ ਸ਼ਹੀਦੀ ਦਿਹਾੜੇ ਦਾ ਦਿਨ, ਗੁਰੂ ਅਰਜਨ ਪ੍ਰਤੱਖ ਹਰ। ਸਾਧ ਸੰਗਤ ਕਈ ਵਾਰੀ ਸੰਸਾਰ ਨੂੰ ਬਚਾਉਣ ਵਾਸਤੇ ਆਪਣਾ ਆਪ ਮਿਟਾਉਣਾ ਪੈਂਦਾ। ਗੁਰੂ ਤੇਗ ਬਹਾਦਰ ਮਹਾਰਾਜ ਜੇ ਸ਼ਹੀਦੀ ਨਾ ਦਿੰਦੇ ਤਾਂ ਹਿੰਦੂ ਧਰਮ ਨਹੀਂ ਸੀ ਬਚਣਾ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੋ ਇਹ ਮਹਾਂਪੁਰਖਾਂ ਨੂੰ ਬਲਿਦਾਨ ਕਈ ਵਾਰੀ ਦੇਣਾ ਪੈਂਦਾ। ਸੋ ਆਪ ਜੀ ਸਾਧ ਸੰਗਤ ਸ਼ਹੀਦੀ ਦਿਹਾੜੇ ਤੇ ਇਕੱਤਰ ਹੋਏ ਹੋ। ਮਹਾਰਾਜ ਸਤਿਗੁਰ ਕਿਰਪਾ ਕਰਨ, ਸਾਰੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਚੜ੍ਹਦੀਆਂ ਕਲਾਂ ਪਹਿਲਾ ਖੰਡ ਪਾਠ ਸਾਹਿਬ, ਸੰਤ ਗੁਰਮੀਤ ਸਿੰਘ ਜੀ ਅਮੈਰੀਕਾ ਤੋਂ, ਛੋਟੇ ਸੰਤ ਅਮਰਦੀਪ ਸਿੰਘ ਜੀ ਅਮੈਰੀਕਾ ਤੋਂ, ਉਹਨਾਂ ਗੁਰਮੁਖ ਪਰਿਵਾਰ ਵੱਲੋਂ, ਸਾਰੀ ਸੰਗਤ ਵੱਲੋਂ ਪਹਿਲੇ ਖੰਡ ਪਾਠ ਸਾਹਿਬ ਦੇ ਭੋਗ ਪਏ। ਦੂਜਾ ਖੰਡ ਪਾਠ ਸਾਹਿਬ ਸਾਡੇ ਮਾਸਟਰ ਕੇਵਲ ਸਿੰਘ ਜੀ, ਉਹਨਾਂ ਦੇ ਸਪੁੱਤਰ ਹਰਸਿਮਰਨ ਸਿੰਘ ਰਾਜਨ ਕੈਨੇਡਾ ਤੋਂ, ਕਈ ਸੇਵਾਦਾਰ ਏਦਾਂ ਹੁੰਦੇ ਵੀ ਉਹ ਹੁਕਮ ਬਹੁਤ ਮੰਨਦੇ ਨੇ, ਮਹਾਂਪੁਰਖਾਂ ਨਾਲ ਪਿਆਰ ਹੈ। ਇਹ ਬੱਚਾ ਹਰਸਿਮਰਨ ਸਿੰਘ ਕੈਨੇਡਾ ਤੋਂ ਜਦੋਂ ਦਾ ਬਾਹਰ ਗਿਆ, ਸਾਧ ਸੰਗਤ ਇਹਨੇ ਕਦੇ ਹੁਕਮ ਨਹੀਂ ਮੋੜਿਆ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ। ਗੁਰੂ ਦਾ ਹੁਕਮ ਮੰਨ ਲਈਏ ਤਾਂ ਸਾਧ ਸੰਗਤ ਗੁਰੂ ਦੀ ਖੁਸ਼ੀ ਮਿਲਦੀ। ਤੋ ਦੋ ਖੰਡ ਪਾਠ ਸਾਹਿਬ ਦੇ ਭੋਗ ਪਏ ਨੇ, ਸੰਤ ਗੁਰਮੀਤ ਸਿੰਘ ਅਮੈਰੀਕਾ ਵਾਲੇ ਮਹੀਨੇ ਦੇ ਅਖੀਰਲੇ ਐਤਵਾਰ ਨੂੰ ਸੰਗਤਾਂ ਦੀ ਤੰਦਰੁਸਤੀ, ਚੜ੍ਹਦੀ ਕਲਾ ਵਾਸਤੇ ਖੰਡ ਪਾਠ ਸਾਹਿਬ ਦਾ ਭੋਗ ਪਾਉਂਦੇ। ਅਰਦਾਸ ਉਹਨਾਂ ਦੀ ਇਹੀ ਹੁੰਦੀ ਹੈ ਵੀ ਜਿੰਨੀ ਵੀ ਸੰਗਤ ਆਈ ਹੈ ਮਹਾਰਾਜ, ਉਹਨਾਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿਓ। ਅੱਜ ਕਿਹਾ ਉਹ ਸਤਨਾਮ ਸ਼੍ਰੀ ਵਾਹਿਗੁਰੂ। ਹੋਵੇ ਚੜ੍ਹਦੀ ਕਲਾ ਤੇਰੇ ਨਾਮ ਦੀ, ਹੋਵੇ ਸਰਬੱਤ ਦਾ ਭਲਾ ਸਭ ਦਾ ਭਲਾ। ਸਰਬੱਤ ਦਾ ਭਲਾ ਮੰਗ ਕੇ ਦੇਖੋ ਸਾਧ ਸੰਗਤ, ਤੁਹਾਡਾ ਭਲਾ ਪਹਿਲਾਂ ਹੋ ਜਾਣਾ। ਮੰਗੋ ਭਲਾ, ਜਿਹੜਾ ਕਿਸੇ ਦਾ ਮਾੜਾ ਨਹੀਂ, ਮਾੜੀ ਅਰਦਾਸ ਨਹੀਂ ਕਿਸੇ ਦੀ ਕਰਨੀ ਚਾਹੀਦੀ। ਜੇ ਕੋਈ ਮੰਦੇ ਕਰਮ ਕਰਦਾ ਤਾਂ ਉਹਦੇ ਕਰਮ ਦਾ ਉਹਨੂੰ ਫਲ ਮਿਲ ਜਾਣਾ, ਪਰ ਆਪਾਂ ਕਿਸੇ ਦੀ ਮਾੜੀ ਅਰਦਾਸ ਨਹੀਂ ਕਰਨੀ, ਕਿਸੇ ਨੂੰ ਮਾੜਾ ਨਹੀਂ ਕਹਿਣਾ। ਮਹਾਰਾਜ ਨੇ ਆਪਾਂ ਨੂੰ ਕੀ ਸਿਖਾਇਆ? ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਏ ਸਰਬੱਤ ਦਾ ਭਲਾ। ਆਪਾਂ ਸਭ ਦਾ ਭਲਾ ਮੰਗਣਾ, ਕੋਈ ਵੀ ਆ ਜਾਵੇ। ਗੁਰੂ ਨਾਨਕ ਦਾ ਘਰ ਜੈਦਰ ਆਵਤ ਜਾਸਿਓ ਹਟ ਕੇ ਨਾਹੀ ਹੋਏ, ਸੋਦਰ ਕੈਸੇ ਛੋਡੀਏ ਜੋ ਦਰ ਐਸਾ ਹੋਏ। ਗੁਰੂ ਨਾਨਕ ਦਾ ਦਰ ਤਾਂ ਕਬੀਰ ਸਾਹਿਬ ਕਹਿੰਦੇ ਛੱਡਣ ਦਾ ਨਹੀਂ ਹੈ, ਪਰਮੇਸ਼ਰ ਦਾ ਦਰ ਇੱਥੇ ਜਿਹੜਾ ਆ ਜਾਵੇ ਸਭ ਨੂੰ ਸੀਨੇ ਨਾਲ ਲਾਇਆ ਜਾਂਦਾ। ਮਹਾਰਾਜ ਤਾਂ ਏਡੇ ਦਿਆਲੂ ਨੇ,
ਕੰਠ ਲਾਏ ਅਵਗੁਣ ਸਭ ਮੇਟੇ ਦਿਆਲ ਪੁਰਖ ਬਖਸ਼ੰਦ ਮਹਾਰਾਜ ਬਖਸ਼ ਲੈਂਦੇ। ਸੋ ਮਹਾਰਾਜ ਨਾਲ ਜੁੜਨਾ, ਸੰਗਤਾਂ ਨੇ ਹਾਜ਼ਰੀਆਂ ਭਰੀਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਤੇ। ਸਤਿਗੁਰ ਜੀ ਕਿਰਪਾ ਕਰਨ, ਸਾਰਿਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਗੁਰਦਾਸਪੁਰ ਤੋਂ ਸੰਗਤ ਆਈ ਹੈ, ਸੰਦੇਸਾ ਸਿੰਘ ਜੀ ਕੋਟਲੀ ਢੋਲੇ ਸ਼ਾਹ ਤੋਂ ਸੰਗਤ ਲੈ ਕੇ ਆਏ ਹੈ, ਲੁਧਿਆਣੇ ਤੋਂ ਸੰਗਤ ਆਈ ਹੈ, ਹੋਰ ਵੀ ਪੰਜਾਬ ਤੋਂ ਵੱਖੋ ਵੱਖਰੇ ਸ਼ਹਿਰਾਂ ਚੋਂ ਸੰਗਤ ਪਹੁੰਚੀ ਹੈ। ਮਹਾਰਾਜ ਚੜ੍ਹਦੀਆਂ ਕਲਾਂ ਬਖਸ਼ਣ, ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਉਹ ਸਮਾਪਤੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਜਿੰਨੀ ਵੀ ਸੰਗਤ ਆਈ ਹੈ, ਗੁਰੂ ਨਾਨਕ ਸਾਹਿਬ ਮਿਹਰ ਕਰਨ ਸਾਰਿਆਂ ਤੇ। ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇਖਾ, ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਦਰਾਕੇ ਕਰ ਚੰਗਾ, ਜਿਨ ਪਦਾਇਸ਼ ਨੂੰ ਕੀ ਆ ਸੋਹੀ ਦੇਦਾ। ਮਹਾਰਾਜ ਕਿਰਪਾ ਕਰਨ, ਸਭੇ ਇੱਛਾ ਥੋਰੀਆਂ ਜਾਂ ਪਾਇਆ ਗਮੋ ਪਾਰਾ, ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੀਆਂ ਚਰਨਾਂ ਕੋਲ। ਗੁਰੂ ਨਾਨਕ ਸਾਹਿਬ ਨਾਲ ਜੁੜਨ ਕਰਕੇ ਸਭ ਇੱਛਾ ਪੂਰੀਆਂ ਹੋ ਜਾਂਦੀਆਂ। ਏਕਮਕਾਰ ਸਤਨਾਮ ਸ੍ਰੀ ਵਾਹਿਗੁਰੂ, ਏਕਮਕਾਰ ਸਤਨਾਮ ਸ੍ਰੀ ਵਾਹਿਗੁਰੂ, ਏਕਮਕਾਰ ਸਤਨਾਮ ਸ੍ਰੀ ਵਾਹਿਗੁਰੂ। Thank you.
Thank you.
Thank you.